ਅੱਜ ਸਰ ਜਿਹੜਾ ਤੁਸੀਂ ਜਿਹੜਾ ਧਰਨਾ ਲਾਇਆ ਇਹਦੇ ਬਾਰੇ ਦੱਸੋ ਵੀ ਇਹ ਧਰਨਾ ਜਿਹੜਾ ਹੈਗਾ ਕਿੱਥੇ ਕਿੱਥੇ ਲਾਇਆ ਜਾ ਰਿਹਾ ਦੇਖੋ ਜੀ ਅੱਜ ਜਿਹੜਾ ਅਸੀਂ 4 ਘੰਟੇ ਦਾ ਰੇਲ ਲੋਕੋ ਪ੍ਰੋਗਰਾਮ ਕੀਤਾ ਨਾ ਇਹ ਸੰਯੁਕਤ ਮੋਰਚੇ ਦੇ ਸੱਦੇ 'ਤੇ ਕੀਤਾ ਔਰ ਇਹ ਪੂਰੇ ਭਾਰਤ ਵਿੱਚ ਇਹ ਪ੍ਰੋਗਰਾਮ ਅੱਜ ਕੀਤੇ ਜਾ ਰਹੇ ਨੇ ਕਿਉਂਕਿ ਸਾਡੇ ਖਿਲਾਫ਼ ਇੱਕ ਭਰਮ ਫੈਲਾਇਆ ਜਾ ਰਿਹਾ ਸੀ ਕਿ ਇੱਕ ਲੜਾਈ ਪੰਜਾਬ ਅਤੇ ਹਰਿਆਣਾ ਲੜ ਰਿਹਾ ਸਰਕਾਰ ਇੱਕ ਪੱਜ ਲਾ ਰਹੀ ਸੀ ਕਿ ਤਾਂ ਬਹੁਗਿਣਤੀ ਕਿਸਾਨਾਂ ਦੇ ਪੱਖ 'ਚ ਬਹੁਗਿਣਤੀ ਕਿਸਾਨ ਇਹ ਕਾਨੂੰਨਾਂ ਦੇ ਪੱਖ 'ਚ ਨੇ ਤਾਂ ਅੱਜ ਅਸੀਂ ਸਰਕਾਰ ਦਾ ਉਹ ਭਰਮ ਤੋੜਨ ਲੱਗੇ ਹਾਂ ਕਿ ਕੋਈ ਵੀ ਕਿਸਾਨ ਇਹਦੇ ਹੱਕ 'ਚ ਨਹੀਂ ਗਏ ਇਸ ਕਰਕੇ ਪੂਰੇ ਭਾਰਤ ਦੇ ਕਿਸਾਨਾਂ ਦਾ ਏਕਾ ਵਿਖਾਉਣ ਲਈ ਅੱਜ ਅਸੀਂ 4 ਘੰਟੇ ਦਾ ਰੇਲ ਜਾਮ ਰੱਖਿਆ ਜਿਹਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਲਾਗੂ ਕਰਾਂਗੇ ਸ਼ਾਮ ਤੱਕ ਖਬਰਾਂ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਪੂਰੇ ਭਾਰਤ ਦੇ ਵਿੱਚ ਹਜ਼ਾਰਾਂ ਜਗ੍ਹਾ 'ਤੇ ਇਹ 4 ਘੰਟੇ ਦਾ ਰੇਲ ਰੋਕੋ ਪ੍ਰੋਗਰਾਮ ਜਿਹੜਾ ਕਾਮਯਾਬੀ ਨਾਲ ਅਸੀਂ ਸਿਰੇ ਲਾਇਆ ਅਗਲਾ ਜਿਹੜਾ ਹੈਗਾ ਉਸ ਤੋਂ ਬਾਅਦ ਤੁਹਾਡਾ ਕੀ ਹੈਗਾ ਜੀ ਦੇਖੋ ਜੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹਰ ਰੋਜ਼ ਚੜ੍ਹਦੇ ਸੂਰਜ ਦੇ ਨਾਲ ਸਾਡਾ ਮੋਰਚਾ ਇੱਕ ਕਦਮ ਅੱਗੇ ਹੁੰਦਾ ਕਿਉਂਕਿ ਉਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਦੀ ਨੀਅਤ ਔਰ ਨੀਤੀ ਦਾ ਦੇਣ ਹੈ ਉਹਨਾਂ ਦੀਆਂ ਪੂਰੀ ਜਿਹੜੀ ਨੀਤੀ ਤਿਆਰ ਕੀਤੀ ਉਹਦੀ ਦੇਣ ਹੈ ਕਿ ਇਹ ਮੋਰਚਾ ਅੱਗੇ ਵੱਧ ਰਿਹਾ ਅਸੀਂ ਇਹ ਮੋਰਚੇ ਨੂੰ ਪਿੰਡਾਂ ਦੀਆਂ ਗਲੀਆਂ ਤੋਂ ਚੁੱਕ ਕੇ ਚੰਡੀਗੜ੍ਹੋਂ ਦਿੱਲੀ ਹੁੰਦੇ ਹੋਏ ਪੂਰੇ ਭਾਰਤ ਵਿੱਚ ਲਿਜਾਣ ਦੇ ਵਿੱਚ ਕਾਮਯਾਬ ਹੋਏ ਪਰ ਅਸੀਂ ਇਸ ਤੋਂ ਅੱਗੇ ਕਹਿੰਦੇ ਹਾਂ ਕਿ ਪੂਰੇ ਭਾਰਤ ਤੋਂ ਬਾਅਦ ਅਸੀਂ ਇਹਨੂੰ ਪੂਰੇ ਦੁਨੀਆ ਦੇ ਵਿੱਚ ਲਿਜਾਣ 'ਚ ਕਾਮਯਾਬ ਹੋਏ ਅੱਜ ਪੂਰੇ ਸੰਸਾਰ ਦੇ ਸੈਂਕੜੇ ਮੁਲਕਾਂ ਦੀ ਪਾਰਲੀਮੈਂਟ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ਼ ਮਤੇ ਪਏ ਸੈਂਕੜੇ ਮੁਲਕਾਂ ਦੇ ਕਿਸਾਨਾਂ ਨੇ ਹਜ਼ਾਰਾਂ ਟਰੈਕਟਰਾਂ ਨਾਲ ਸਾਡੇ ਹੱਕ 'ਚ ਮੁਜ਼ਾਹਰੇ ਕੀਤੇ ਤਾਂ ਇਹ ਕਾਮਯਾਬੀ ਇਸ ਮੁਜ਼ਾਹਰੇ ਦੀ ਆਉਣ ਵਾਲੇ ਦਿਨਾਂ 'ਚ ਅਸੀਂ 26 ਤਰੀਕ ਨੂੰ ਇੱਕ ਨੌਜਵਾਨਾਂ ਦਾ ਇਕੱਠ ਕਰਨ ਜਾ ਰਹੇ ਹਾਂ ਜਿਹਦੇ 'ਚ ਨੌਜਵਾਨ ਵਿਸ਼ੇਸ਼ ਤੌਰ 'ਤੇ ਔਰ ਲੱਖਾਂ ਦੀ ਗਿਣਤੀ 'ਚ ਪਹੁੰਚ ਕੇ ਇਹ ਸਬੂਤ ਦੇਣਗੇ ਕਿ ਨੌਜਵਾਨ ਅੱਜ ਵੀ ਮੋਰਚੇ ਦੀ ਜਾਨ ਨੇ ਮੋਰਚੇ ਦੀ ਜਾਨ ਸਨ ਅਤੇ ਮੋਰਚੇ ਦੀ ਜਾਨ ਰਹਿਣਗੇ ਇਹ ਸਬੂਤ ਦੇਣਗੇ 26 ਤਰੀਕ ਨੂੰ ਭਾਰਤ ਦੇ ਨੌਜਵਾਨ ਇਹ ਜਿਹੜਾ ਤੁਸੀਂ ਕਿਹਾ 26 ਤਰੀਕ ਨੂੰ ਇਹ ਨੌਜਵਾਨ ਜਿਹੜੇ ਹੈਗੇ ਇਹ ਕਿ ਸਿੰਘੂ ਬਾਰਡਰ ਜਾਂ ਆਪਣੇ ਦਿੱਲੀ ਦੇ ਵਿੱਚ ਕਰਨਗੇ ਕਿ ਆਪਣੇ ਸਾਡਾ ਜਿਹੜਾ ਮੇਨ ਪੁਆਇੰਟ ਹੈ ਉਹ ਦਿੱਲੀ ਹੀ ਰਹੇਗਾ ਦਿੱਲੀ ਦੇ ਵਿੱਚ ਹੀ ਕਰਾਂਗੇ ਸਾਰੇ ਬਾਰਡਰਾਂ 'ਤੇ ਕਰਾਂਗੇ ਪਰ ਇਹਦੇ ਵਿੱਚ ਸ਼ਮੂਲੀਅਤ ਪੂਰੇ ਭਾਰਤ ਦੇ ਨੌਜਵਾਨ ਕਰਨਗੇ ਠੀਕ ਸਾਰੇ ਭਾਰਤ ਵਿੱਚ ਰੇਲ ਰੋਕੋ ਦਾ ਚੱਕਾ ਜਾਮ ਜਿਹੜਾ ਦਾ ਪ੍ਰੋਗਰਾਮ ਦਿੱਤਾ ਗਿਆ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਇਹ ਇੱਕ ਮੋਦੀ ਸਰਕਾਰ ਨੂੰ ਟ੍ਰੇਲਰ ਵਿਖਾਇਆ ਅੱਜ ਵੀ ਇਹ ਪੰਜਾਬ ਦਾ ਇਕੱਲਾ ਮਸਲਾ ਨਹੀਂ ਗਾ ਇਹ ਸਾਰੇ ਦੇਸ਼ ਦਾ ਮਸਲਾ ਹੈ ਅੱਜ ਦੇ ਰੋਕੋ ਪ੍ਰੋਗਰਾਮ ਵਿੱਚ ਸਾਰੇ ਦੇਸ਼ ਵਿੱਚ ਸਾਰੇ ਦੇਸ਼ ਦੇ ਕਿਸਾਨ ਥਾਂ ਥਾਂ 'ਤੇ ਰੇਲਾਂ ਨੂੰ ਰੋਕ ਕੇ ਆਪਣਾ ਕਾਨੂੰਨ ਦੇ ਜੋ 3 ਕਾਲੇ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ ਇਹ ਸਰਕਾਰ ਦੇ ਕੰਨ 'ਤੇ ਜੂਸ ਲਗਾਉਣ ਵਾਸਤੇ ਕਰ ਰਹੇ ਨੇ ਵੀ ਮਾੜੀ ਮੋਟ ਸ਼ਾਇਦ ਉਹਦੇ ਕੰਨ 'ਤੇ ਜੂਸ ਅੱਕ ਜਾਵੇ ਅਤੇ ਉਹ ਕਾਲੇ ਕਾਨੂੰਨ ਰੱਦ ਕਰ ਦੇਵੇ ਜੇ ਅੱਜ ਦਾ ਇਸ 4 ਘੰਟੇ ਦੇ ਬੰਦ ਨਾਲ ਉਹਦੀ ਕੋਈ ਕੰਨ 'ਤੇ ਜੂ ਨਾ ਸਰਕੀ ਤਾਂ ਆਉਣ ਵਾਲੇ ਦਿਨਾਂ ਦੇ ਜਥੇਬੰਦੀਆਂ ਜਿਹੜੀਆਂ ਨੇ ਇਸ ਤੋਂ ਵੀ ਜ਼ਿਆਦਾ ਬਹੁਤ ਵੱਡਾ ਕੋਈ ਕਾਲ ਦੇਣਗੇ ਜਿਹੜੀਆਂ ਸਾਰੇ ਪੰਜਾਬ ਦੇ ਸਾਰੇ ਦੇਸ਼ ਦੇ ਕਿਸਾਨ ਇਕਮੁੱਠ ਹੋ ਕੇ ਉਹਦਾ ਜਥੇਬੰਦੀਆਂ ਸਾਥ ਦੇ ਕੇ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਵੱਧ ਚੜ੍ਹ ਕੇ ਸਭ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਬੱਚਨ ਸਿੰਘ ਬੁੱਲਦਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਪ੍ਰਧਾਨ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ